ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਚੰਡੀਗੜ੍ਹ ਵਾਸੀਆਂ ਵਾਸਤੇ ਹੈ, ਕਿਉਂਕਿ ਚੰਡੀਗੜ੍ਹ MC ਇਲੈਕਸ਼ਨ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਸੀਗੇ। ਪਹਿਲਾਂ ਮੇਅਰ ਦੇ ਇਲੈਕਸ਼ਨ ਨੂੰ ਲੈ ਕੇ ਇੱਕ ਪੇਜ ਫਸਿਆ ਹੋਇਆ ਸੀਗਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ। ਫਿਰ ਇਹ ਮਾਮਲਾ ਹਾਈ ਕੋਰਟ ਤੋਂ ਹੁੰਦਾ ਹੋਇਆ ਸੁਪਰੀਮ ਕੋਰਟ ਚਲੇ ਗਿਆ। ਸੁਪਰੀਮ ਕੋਰਟ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦਾ ਮੇਅਰ ਜਿਹੜਾ ਆ ਉਹ BJP ਦਾ ਮੇਅਰ ਨੂੰ ਹਟਾ ਕੇ ਆਮ ਆਦਮੀ ਪਾਰਟੀ ਦੇ ਮੇਅਰ ਨੂੰ ਉਹ ਸੀਟ ਦੇ ਦਿੱਤੀ ਗਈ। ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਇਲੈਕਸ਼ਨ ਹੋਣੇ ਬਾਕੀ ਸੀ, ਜਿਨ੍ਹਾਂ ਦੀ ਅੱਜ ਦੀ ਡੇਟ DC ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਸੀ ਕਿ ਅੱਜ ਉਹ ਇਲੈਕਸ਼ਨ ਹੋਣੇ ਆ। ਲੇਕਿਨ ਮੇਅਰ ਜਿਹੜੇ ਹੈਗੇ ਆ ਕੁਲਦੀਪ ਕੁਮਾਰ, ਉਹਨਾਂ ਨੇ ਫਿਲਹਾਲ ਜੁਆਇਨ ਨਹੀਂ ਸੀ ਕੀਤਾ, ਇਸ ਕਰਕੇ ਸੀਨੀਅਰ ਡਿਪਟੀ ਮੇਅਰ ਮੇਅਰ ਦਾ ਜਿਹੜਾ ਇਲੈਕਸ਼ਨ ਉਹ ਸੰਭਵ ਨਹੀਂ ਸੀ। ਔਰ ਅੱਜ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਸੁਣਵਾਈ 'ਚ ਸੀਗਾ ਔਰ ਹਾਈ ਕੋਰਟ ਨੇ ਇੱਕ ਵੱਡਾ ਨਿਰਦੇਸ਼ ਜਾਰੀ ਕੀਤਾ ਕਿ ਇਸ ਨੂੰ ਰੀਨੋਟੀਫਿਕੇਸ਼ਨ ਇਸ ਦੀ ਜਾਰੀ ਕੀਤੀ ਜਾਵੇ। ਇਸ ਬਾਰੇ ਪੂਰੀ ਜਾਣਕਾਰੀ ਲਈ ਸਾਡੇ ਹਾਈ ਕੋਰਟ ਚੰਡੀਗੜ੍ਹ 'ਚ ਮੌਜੂਦ ਹੈ ਸਾਡੇ ਜਰਨਲਿਸਟ ਨੀਰੂ, ਉਸ ਤੋਂ ਲੈਂਦੇ ਪੂਰੀ ਜਾਣਕਾਰੀ। ਹਾਂ ਨੀਰੂ, ਦੱਸੋ ਕੀ ਹੈ ਤੁਹਾਡੇ ਕੋਲ ਜਾਣਕਾਰੀ? ਸਰ, ਅੱਜ ਹਾਈ ਕੋਰਟ ਦੇ ਵਿਚਕਾਰ ਜੋ ਸੁਣਵਾਈ ਹੋਈ ਹੈ ਉਸ ਦੇ ਵਿਚਕਾਰ ਜਿੱਥੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਨੋਟੀਫਿਕੇਸ਼ਨ ਜੋ DC ਦੇ ਵੱਲੋਂ ਦਿੱਤੀ ਗਈ ਸੀ ਉਸ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਹੈ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਗਿਆ ਸੀ ਤੇ ਉਹਨਾਂ ਨੇ ਇਸ ਚੋਣ ਨੂੰ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਹਾਈ ਕੋਰਟ ਦੇ ਵਿਚਕਾਰ ਜਦ ਸੁਣਵਾਈ ਸ਼ੁਰੂ ਹੁੰਦੀ ਹੈ ਤੇ ਮਾਮਲਾ ਹੀ ਕੁਝ ਹੋਰ ਆ ਜਾਂਦਾ। ਉੱਥੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਜੋ ਹੈ ਚੁਣਾਵਾਂ ਦੀ ਨੋਟੀਫਿਕੇਸ਼ਨ ਦੇ ਲਈ, ਯਾਨੀ ਕਿ ਜੋ ਨੋਮੀਨੇਸ਼ਨਸ ਨੇ ਮਤਦਾਨ ਦੀ ਪੂਰੀ ਪ੍ਰਕਿਰਿਆ ਦੁਆਰਾ ਹੋਵੇਗੀ, ਦੁਆਰਾ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਹੋਏਗੀ ਤੇ ਨੋਮੀਨੇਸ਼ਨ ਵੀ ਅੱਜ ਹੀ ਦੁਆਰਾ ਫਾਈਲ ਕੀਤੀ ਜਾਏਗੀ, ਜਿਸ ਨੂੰ ਲੈ ਕੇ 2 ਵਜੇ ਇੱਕ ਵਾਰ ਫਿਰ ਤੋਂ ਸੁਣਵਾਈ ਜੋ ਹੈ ਹੋਣ ਵਾਲੀ ਹੈ। ਲੇਕਿਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਣਵਾਈ ਦੇ ਦੌਰਾਨ ਪ੍ਰਸ਼ਾਸਨ ਨੇ ਇਹ ਵੀ ਪੁੱਛਿਆ ਕਿ ਨੋਟੀਫਿਕੇਸ਼ਨ ਜਾਰੀ ਹੋਈ ਤੇ ਨੋਟੀਫਿਕੇਸ਼ਨ ਦੇ ਖਿਲਾਫ ਹਾਈ ਕੋਰਟ ਦੇ ਵਿਚਕਾਰ ਦਾਖਿਲ ਯਾਚਿਕਾ ਕਿਵੇਂ ਪਹੁੰਚ ਗਈ। ਤਾਂ ਉੱਥੇ ਵੀ ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਇੱਦਾਂ ਸੀ ਨਹੀਂ ਪਰ ਬਣਾਇਆ ਗਿਆ ਹੈਗਾ, ਬਾਰ ਬਾਰ ਰਿਟ ਪਟੀਸ਼ਨ ਫਾਈਲ ਕਰਕੇ ਸਮਾਂ ਜਿਹਾ ਬਰਬਾਦ ਕੀਤਾ ਜਾ ਰਿਹਾ। ਉੱਤੇ ਹੀ UT ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੀ ਵੀ ਹਦਾਇਤਾਂ ਸੀ ਔਰ DC ਨੇ ਵਿਨੇ ਪ੍ਰਤਾਪ ਨੇ ਵੀ ਇਹੀ ਕਿਹਾ ਸੀ ਕਿ ਅੱਜ ਜੋ ਹੈ ਕਿਤੇ ਨਾ ਕਿਤੇ ਚੋਣ ਹੋਣੀ ਸੀ। ਲੇਕਿਨ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਤੇ ਜੇ ਹੈਗੀ ਹੈ ਕਾਂਗਰਸ, ਜਿਨ੍ਹਾਂ ਦਾ ਇੰਡੀਆ ਅਲਾਇੰਸ ਬਣਿਆ ਹੈ, ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾ ਕੇ ਇਸ ਚੋਣ ਪ੍ਰਕਿਰਿਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਦੀ ਦਲੀਲ ਇਹ ਸੀਗੀ ਕਿ ਭਾਜਪਾ ਦੇ ਵਿਚਕਾਰ ਜੋ ਹੈ ਉਹਨਾਂ ਦੇ ਪਾਰਟੀ ਦੇ 3 ਕਾਉਂਸਲਰ ਜੋ ਹੈ ਪਾਰਸ਼ਦ ਜੀ ਨੇ ਉਹ ਜੁਆਇਨ ਕਰ ਗਏ ਨੇ। ਕਿਤੇ ਨਾ ਕਿਤੇ ਜੋ ਹੈ ਅਗਰ ਵੋਟ ਬੈਂਕ ਨੰਬਰ ਦੇਖਿਆ ਜਾਵੇ ਤਾਂ ਇਸ ਵੇਲੇ ਭਾਜਪਾ ਦੇ ਕੋਲ ਜ਼ਿਆਦਾ ਵੋਟ ਬੈਂਕ ਨੇ, ਕਿਉਂਕਿ ਉਹਨਾਂ ਦੇ ਕੋਲ 18 ਜੇ ਹੈਗੇ ਮਤਦਾਨ ਨੇ ਪਾਰਸ਼ਦਾਂ ਨੂੰ ਤੇ ਉਸਦੇ ਨਾਲ MP ਦੀ ਜਲਦੀ ਇੱਕ ਵੋਟ ਮਿਲਾ ਕੇ। ਇੱਥੇ ਨੋਟੀਫਿਕੇਸ਼ਨ ਦੇ ਵਿਚਕਾਰ ਇਹ ਲੱਗ ਰਿਹਾ ਸੀ ਕਿ ਹੁਣ ਜੇ ਹੈ ਭਾਜਪਾ ਜੇ ਹੈ ਆਪਣੇ ਉਮੀਦਵਾਰਾਂ ਨੂੰ ਜਿਤਾ ਸਕਦੀ ਹੈ, ਮੇਅਰ ਤੇ ਸੋਰੀ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ, ਜਿਸ ਨੂੰ ਲੈ ਕੇ ਚੈਲੰਜ ਕੀਤਾ ਗਿਆ ਸੀ। ਲੇਕਿਨ ਹਾਈ ਕੋਰਟ ਦੇ ਵਿਚਕਾਰ ਜਿਸੇ ਸੁਣਵਾਈ ਸ਼ੁਰੂ ਹੋਈ ਮਾਮਲਾ ਕੁਝ ਹੋਰ ਹੋ ਗਿਆ ਤੇ ਅੱਜ ਜੇ ਹੈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀ ਜਾਏਗੀ, ਨੋਮੀਨੇਸ਼ਨ ਜੇ ਹੈ ਨਹੀਂ ਫਾਈਲ ਕੀਤੀ ਜਾਵੇਗੀ ਤਾਂ ਸਾਰੀ ਪ੍ਰਕਿਰਿਆ ਜੇ ਮਤਦਾਨ ਦੀ ਉਹ ਵੀ ਨਵੇਂ ਤਰੀਕੇ ਦੇ ਨਾਲ ਕੀਤੀ ਜਾਏਗੀ, ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਜੇ ਹੈ 2 ਵਜੇ ਸੁਣਵਾਈ ਹੋਏਗੀ। ਉਸ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ ਕਿ ਕੀ ਹੋਏਗਾ। ਇਸ ਦੇ ਨਾਲ ਇਹ ਵੀ ਹੈਗਾ ਕਿ ਮੇਅਰ ਜੇ ਹੈ ਉਹ ਆਪਣੀ ਪ੍ਰਿਜ਼ਾਈਡਿੰਗ ਆਫਿਸਰ ਦੀ ਭੂਮਿਕਾ ਨਿਭਾਉਣਗੇ, ਕਿਉਂਕਿ ਹਾਈ ਕੋਰਟ ਦੇ ਵਿਚਕਾਰ ਇਹ ਵੀ ਕਿਹਾ ਗਿਆ ਕਿ ਹਜੇ ਮੇਅਰ ਨੇ ਆਪਣੀ ਕੁਰਸੀ ਯਾਨੀ ਪਦਭਾਰ ਸੰਭਾਲਿਆ ਨਹੀਂ ਹੈਗਾ। ਇਸ ਦੇ ਵਿਚਕਾਰ ਵੀ ਇਹ ਅੜਚਨਾ ਆ ਰਹੀ ਸੀ, ਲੇਕਿਨ ਹਾਈ ਕੋਰਟ ਦੇ ਵਿਚਕਾਰ ਸੁਣਵਾਈ ਦੇ ਦੌਰਾਨ ਕਿਹਾ ਗਿਆ ਕਿ ਮੇਅਰ ਜੀ ਨੇ ਉਹ ਪਹੁੰਚਣਗੇ ਤੇ ਨਾਲ ਹੀ ਨਾਲ ਉਹ ਪ੍ਰਿਜ਼ਾਈਡਿੰਗ ਆਫਿਸ ਦੇ ਭੂਮਿਕਾ ਨਿਭਾਉਣਗੇ। ਸ਼ੁਕਰੀਆ ਨੀਰੂ ਜਾਣਕਾਰੀ ਦੇਣ ਵਾਸਤੇ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਨੀਰੂ ਸਾਡੇ ਜਰਨਲਿਸਟ ਜਿਹੜੇ ਇਸ ਵੇਲੇ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਕਿਸ ਤਰ੍ਹਾਂ ਦਾ ਰੁਖ ਰਿਹਾ ਔਰ ਹਾਈ ਕੋਰਟ ਨੇ ਰੀਨੋਟੀਫਿਕੇਸ਼ਨ ਜਾਰੀ ਕਰਨ ਨੂੰ ਕਿਹਾ। ਹਾਲਾਂਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਭਾਜਪਾ ਦੇ ਕੋਲ ਫਿਲਹਾਲ ਨੰਬਰ ਜਿਹੜੇ ਹੈਗੇ ਆ ਉਹ ਜ਼ਿਆਦਾ ਨੇ ਔਰ ਆਮ ਆਦਮੀ ਪਾਰਟੀ ਔਰ ਕਾਂਗਰਸ ਅਲਾਇੰਸ ਦੇ ਕੋਲ ਨੰਬਰ ਘੱਟ ਨੇ, ਇਸ ਕਰਕੇ
ਰੀਨੋਟੀਫਿਕੇਸ਼ਨ ਦੇ ਬਾਅਦ ਜਿਹੜੀ ਡੇਟ ਦਿੱਤੀ ਜਾਂਦੀ ਹੈ ਉਸ ਤੋਂ ਉਸ ਡੇਟ 'ਤੇ ਇਲੈਕਸ਼ਨ ਹੋਣਗੇ ਜਾਂ ਨਹੀਂ ਹੋਣਗੇ ਇਹ ਬਾਅਦ ਦੀ ਗੱਲ ਹੈ। ਲੇਕਿਨ ਰੀਨੋਟੀਫਿਕੇਸ਼ਨ ਵਾਸਤੇ ਹਾਈ ਕੋਰਟ ਨੇ ਜਿਹੜੇ ਨਿਰਦੇਸ਼ ਜਾਰੀ ਕੀਤੇ ਹੈ ਫਿਲਹਾਲ ਯੂਟੀ ਪ੍ਰਸ਼ਾਸਨ ਉਹਨਾਂ 'ਤੇ ਕੰਮ ਕਰ ਰਿਹਾ। 2 ਵਜੇ ਤੋਂ ਬਾਅਦ ਪਤਾ ਲੱਗੇਗਾ ਕਿ ਅਗਲਾ ਜਿਹੜਾ ਫੈਸਲਾ ਹੈ ਹਾਈ ਕੋਰਟ ਦਾ ਉਹ ਕੀ ਹੁੰਦਾ ਹੈ। 23 ਫਰਵਰੀ ਨੂੰ ਇੱਕ ਨੋਟੀਫਿਕੇਸ਼ਨ, ਇੱਕ ਨੋਟਿਸ ਇਸ਼ੂ ਕੀਤਾ ਹੈ ਮਿਊਨਿਸਪਲ ਕਾਰਪੋਰੇਸ਼ਨ ਨੇ ਕਿ 27 ਤਰੀਕ ਨੂੰ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਦੀ ਵੋਟਿੰਗ ਹੋਏਗੀ। ਸਾਨੇ ਇਹ ਚੈਲੰਜ ਕੀਤਾ ਸੀਗਾ ਕਿ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਜਿਹੜੀ ਮੇਅਰ ਦੀ ਇਲੈਕਸ਼ਨ ਹੈ ਉਹ ਉਹਨਾਂ ਨੇ ਡਿਕਲੇਅਰ ਕਰਤਾ ਸੀਗਾ ਦੂਜਾ ਮੇਅਰ, ਅਤੇ ਸਾਰੀ ਮੀਟਿੰਗ ਰੱਦ ਹੋ ਚੁੱਕੀ ਹੈ ਅਤੇ ਹੁਣ ਜਿਹੜੀ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੀ ਇਲੈਕਸ਼ਨ ਹੈ ਉਹ ਫਿਰ ਤੋਂ ਸ਼ੁਰੂ ਹੋਏਗੀ। ਫਰੈਸ਼ ਨੋਮੀਨੇਸ਼ਨ ਪੇਪਰ ਫਾਈਲ ਹੋਣਗੇ ਕਿਉਂਕਿ ਇਲੈਕਸ਼ਨ ਦਾ ਮਤਲਬ ਸਿਰਫ ਵੋਟਿੰਗ ਨਹੀਂ ਹੈ, ਇਹ ਸ਼ੁਰੂ ਤੋਂ ਸ਼ੁਰੂ ਹੋਏਗੀ ਹੁਣ ਕਿ ਨੋਮੀਨੇਸ਼ਨ ਪੇਪਰ ਆਣਗੇ, ਸਕਰੂਟਨੀ ਹੋਏਗੀ, ਰਿਜੈਕਸ਼ਨ ਹੋਏਗੀ, ਵਿਡਰੋਲ ਹੋਏਗੀ, ਉਹਦੇ ਬਾਅਦ ਵੋਟਿੰਗ ਹੋਏਗੀ। ਸੋ ਇਹ ਆਪਾਂ ਨੇ ਚੈਲੰਜ ਕੀਤਾ ਸੀਗਾ ਕਚਹਿਰੀ ਦੇ ਅੰਦਰ, ਅੱਜ ਇਸ 'ਤੇ ਆਰਗੂਮੈਂਟਸ ਹੋ ਚੁੱਕੀਆਂ। 2 ਵਜੇ ਕੇਸ ਜੱਜ ਸਾਹਿਬ ਨੇ ਰੱਖਿਆ ਹੈ। ਜੱਜ ਸਾਹਿਬ ਨੇ ਵੈਸੇ ਤਾਂ ਕਹਿਤਾ ਸੀਗਾ ਕਿ ਜੀ ਮੈਂ ਇਹ ਨੋਟੀਫਿਕੇਸ਼ਨ, ਇਹ ਨੋਟਿਸ ਨੂੰ ਸਟੇਅ ਕਰ ਰਿਹਾ, ਪਰ ਫਿਰ ਮਿਊਨਿਸਪਲ ਕਾਰਪੋਰੇਸ਼ਨ ਦੇ ਤਰਫ ਤੋਂ ਵਕੀਲ ਇਹ ਆਇਆ ਕਿ ਜੀ ਤੁਸੀਂ ਇਹਨੂੰ ਸਟੇਅ ਨਾ ਕਰੋ, ਆਪਾਂ ਫਰੈਸ਼ ਨੋਟਿਸ ਲਿਆਵਾਂਗੇ ਐਂਡ ਫਰੈਸ਼ ਨੋਟਿਸ ਇਹ ਲਿਆਵਾਂਗੇ ਕਿ 3 ਦਿਨ ਦੀ ਨੋਮੀਨੇਸ਼ਨ ਫਾਈਲ ਕਰਨ, ਉਹਦੇ ਬਾਅਦ ਸਾਰਾ ਪ੍ਰੋਸੀਜਰ ਫਿਰ ਤੋਂ ਹੋਏ ਰੈਗੂਲੇਸ਼ਨਸ ਦੇ ਹਿਸਾਬ ਨਾਲ ਔਰ ਫਿਰ ਇਲੈਕਸ਼ਨ ਹੋਲਡ ਕਰ ਲਾਂਗੇ। ਕਿਉਂਕਿ ਸਾਡਾ ਮੇਨ ਪਲੀ ਇਹੀ ਸੀਗਾ ਕਿ ਇਹਨਾਂ ਨੇ ਜਿਹੜੀ ਚੀਜ਼ ਕਰ ਰਹੇ ਹੈ ਬਿਲਕੁਲ ਜਲਦਬਾਜ਼ੀ 'ਚ ਕਰ ਰਹੇ ਹੈ, ਬਿਕੋਜ਼ ਇਹਨਾਂ ਦੇ 3 ਕਾਉਂਸਲਰ ਜਿਹੜੇ ਹੈਗੇ ਹੈ ਇਹ ਇਹਨਾਂ ਨੂੰ ਤੋੜ ਕੇ ਲਿਜਾ ਚੁੱਕੇ ਨੇ। ਸੋ ਇਹ ਸਾਡਾ ਕੇਸ ਸੀਗਾ। ਹੁਣ 2 ਵਜੇ ਕੇਸ ਰੱਖਿਆ ਹੋਇਆ, 2 ਵਜੇ ਕੇਸ ਰੱਖਿਆ ਹੋਇਆ ਜਿਸ 'ਚ ਮਿਊਨਿਸਪਲ ਕਾਰਪੋਰੇਸ਼ਨ ਨੇ ਇਹ ਕਹਿਤਾ ਕਿ ਜੀ ਇਹ ਨੋਟਿਸ ਆਪਾਂ ਵਾਪਿਸ ਲੈ ਰਹੇ ਹਾਂ, ਜੇ ਨਹੀਂ ਲੈਣਗੇ ਤਾਂ ਕਚਹਿਰੀ ਨੇ ਕਹਿ ਦਿੱਤਾ ਕਿ ਹਮ ਇਹਨੂੰ ਸਟੇਅ ਕਰ ਰਹੇ ਹਾਂ। ਥੈਂਕ ਯੂ। ਕੁਲਦੀਪ ਮੇਅਰ ਨੇ, ਜਿਹੜੇ ਕੁਲਦੀਪ ਮੇਅਰ ਹੈਗਾ ਉਹਨੇ ਇੱਕ ਰੀਪ੍ਰਜੈਂਟੇਸ਼ਨ ਦਿੱਤੀ ਹੈ ਅੱਜ ਕਾਰਪੋਰੇਸ਼ਨ ਨੂੰ ਇਹ ਕਹਿ ਕੇ ਕਿ ਜੀ ਮੈਨੂੰ ਫਾਰਮਲੀ ਤੁਸੀਂ ਮੇਅਰ ਦੀ ਪੁਰਸੀ ਦੇ ਉੱਪਰ ਤੁਸੀਂ ਬਿਠਾਉਣਾ ਹੈ, ਮੈਨੂੰ ਅੱਜ ਤੱਕ ਉਹ ਹੋਇਆ ਨਹੀਂ ਹੈ, ਇਹ ਗੱਲ ਹੋਈ ਨਹੀਂ ਹੈ ਅੱਜ ਤੱਕ, ਔਰ ਮੈਂ ਇਲੈਕਸ਼ਨ ਕੰਡਕਟ ਕਰਨਾ, ਮੈਂ ਪ੍ਰੈਜ਼ਾਈਡਿੰਗ ਆਫਿਸਰ ਹਾਂ, ਨਾ ਮੇਰੇ ਨਾਲ ਕੋਈ ਗੱਲਬਾਤ ਕਰੀ ਜਾ ਰਹੀ ਹੈ, ਨਾ ਮੈਨੂੰ ਤੁਸੀਂ ਮੇਅਰ ਦੀ ਪੋਸਟ ਦੇ ਉੱਪਰ ਬਿਠਾਇਆ ਅੱਜ ਤੱਕ, ਔਰ ਤੁਸੀਂ ਮੇਰੀ ਇਲੈਕਸ਼ਨ ਉਹ ਕਰ ਰਹੇ ਹੋ। ਤੇ ਉਹਨੇ ਰੀਪ੍ਰਜੈਂਟੇਸ਼ਨ ਇਹ ਦਿੱਤੀ ਹੈ ਅੱਜ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿ ਫਾਰਮੈਲਿਟੀ ਇਹ ਜਿਹੜੀ ਹੈ ਮੈਨੂੰ ਮੇਅਰ ਦੀ ਕੁਰਸੀ ਦੇ ਉੱਪਰ ਬਿਠਾਉਣ ਦੀ ਉਹ ਪੂਰੀ ਕੀਤੀ ਜਾਵੇ, ਫਿਰ ਇਲੈਕਸ਼ਨ ਹੋਣਗੇ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ। ਅੱਜ ਸਟੇਅ ਹੋ ਰਿਹਾ ਸੀਗਾ ਜਿਹੜਾ ਨੋਟਿਸ ਹੈ 23 ਜਨਵਰੀ ਵਾਲਾ, 23 ਜਨਵਰੀ ਵਾਲਾ ਨੋਟਿਸ ਸਟੇਅ ਹੋ ਰਿਹਾ ਸੀਗਾ, ਲੇਕਿਨ ਫਿਰ ਇੱਕ ਪ੍ਰਪੋਜ਼ਲ ਦਿੱਤੀ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਿ ਅਸੀਂ ਇਸ ਨੂੰ ਨਵਾਂ ਨੋਟਿਸ ਕੱਢ ਦਿੰਦੇ ਹਾਂ ਅਤੇ ਸਾਰਾ ਇਲੈਕਸ਼ਨ ਦਾ ਪ੍ਰੋਸੈਸ ਦੁਬਾਰਾ ਤੋਂ ਸ਼ੁਰੂ ਹੋਏਗਾ। ਅਤੇ ਇੱਕ ਕੁਲਦੀਪ ਕੁਮਾਰ ਜਿਹੜੇ ਸਾਡੇ ਮੇਅਰ ਹੈ ਉਹਨਾਂ ਨੇ ਇੱਕ ਰਿਪ੍ਰਜੈਂਟੇਸ਼ਨ ਦਿੱਤੀ ਹੈ ਇਹਨੂੰ ਐਡਮਿਨਿਸਟ੍ਰੇਸ਼ਨ ਨੂੰ ਕਿ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਉਹ ਕਹਿੰਦਾ ਹੈ ਕਿ ਜਿਹੜੀ ਬਾਕੀ ਪੋਸਟਾਂ ਰਹਿ ਗਈਆਂ ਬਿਯੋਂਡ ਮੇਅਰ ਉਹਨਾਂ ਦਾ ਇਲੈਕਸ਼ਨ ਦੁਬਾਰਾ ਹੋਏਗਾ ਐਜ਼ ਪਰ ਦਾ ਰੈਗੂਲੇਸ਼ਨਸ। ਅਤੇ ਜੇ ਕੋਰਟ ਇਹ ਫੈਸਲਾ ਕਰਦੀ ਹੈ ਕਿ ਇਲੈਕਸ਼ਨ ਜਿਹੜੇ ਹੈ ਡੀ ਸੀ ਸਾਹਿਬ ਦੇ ਨੋਟਿਸ 'ਤੇ ਹੋਏਗਾ 23 ਜਨਵਰੀ ਵਾਲੇ, ਤਾਂ ਫਿਰ ਉਹਦੇ ਵਾਸਤੇ ਬੜੀ ਮੁਸ਼ਕਲ ਹੋ ਜਾਏਗੀ ਕਿਉਂਕਿ ਸੁਪਰੀਮ ਕੋਰਟ 'ਚ ਮੇਅਰ ਪਾਰਟੀ ਸੀਗਾ ਅਤੇ ਉਹ ਸੁਪਰੀਮ ਕੋਰਟ ਦਾ ਆਰਡਰ ਫਿਰ ਇੰਪਲੀਮੈਂਟ ਨਹੀਂ ਕਰ ਪਾਏਗਾ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਨੇ ਬੜਾ ਕਲੀਅਰਲੀ ਪੈਰਾ 44 'ਚ ਕਿਹਾ ਹੈ ਜਿਹੜੇ ਬਾਕੀ ਇਲੈਕਸ਼ਨਸ ਹੈ ਉਹ ਰੈਗੂਲੇਸ਼ਨਸ ਨਾਲ ਇਨ ਅਕੋਰਡੈਂਸ ਵਿਦ ਦਾ ਲਾਅ ਹੋਣਗੇ। ਦੈਟ ਮੀਨਸ ਇਲੈਕਸ਼ਨ ਦਾ ਪੂਰਾ ਪ੍ਰੋਸੈਸ ਰਾਈਟ ਫਰੋਮ ਦਾ ਫਾਈਲਿੰਗ ਆਫ ਨੋਮੀਨੇਸ਼ਨਸ, ਸਕਰੂਟਨੀ ਆਫ ਨੋਮੀਨੇਸ਼ਨਸ, ਉਸ ਤੋਂ ਬਾਅਦ ਵਿਦਡਰਾਅਲ ਆਫ ਨੋਮੀਨੇਸ਼ਨਸ, ਉਸ ਤੋਂ ਬਾਅਦ ਫਿਰ ਵੋਟਿੰਗ, ਵੋਟਿੰਗ ਤੋਂ ਬਾਅਦ ਕਾਊਂਟਿੰਗ ਆਫ ਵੋਟਸ, ਫਿਰ ਡੈਕਲਰੇਸ਼ਨ ਆਫ ਰਿਜ਼ਲਟ। ਇਹ ਸਾਰਾ ਪ੍ਰੋਸੈਸ ਦੁਬਾਰਾ ਹੋਏਗਾ ਐਜ਼ ਪਰ ਪੈਰਾ 44 ਆਫ ਦਾ ਸੁਪਰੀਮ ਕੋਰਟ। ਅਤੇ ਇਹ ਗੱਲ ਨੂੰ ਸੁਣ ਕੇ
ਜਿਹੜੀ ਕੋਰਟ ਹੈ ਉਹਨੇ ਐਪਰੀਸ਼ੀਏਟ ਕੀਤਾ ਇਹ ਆਰਗੂਮੈਂਟ ਤੇ ਉਸ ਤੋਂ ਬਾਅਦ ਕੋਰਟ ਨੇ ਮੈਟਰ ਸਟੇ ਕਰਨ ਵਾਸਤੇ ਕਿਹਾ, ਨੋਟਿਸ ਨੂੰ ਸਟੇ ਕਰਨ ਵਾਸਤੇ ਕਿਹਾ ਤੇ ਨੋਟਿਸ ਸਟੇ ਕਰਨ ਤੇ ਫਿਰ ਜਿਹੜੀ ਹੈ ਮਿਊਨਸੀਪਲ ਕਾਰਪੋਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਉਹ ਇਹ ਪ੍ਰਪੋਜ਼ਲ ਲੈ ਕੇ ਆਇਆ ਹੈ ਕਿ ਅਸੀਂ 2 ਵਜੇ ਆਪਣਾ ਜਵਾਬ ਦੇਵਾਂਗੇ ਤਾਂ ਵੀ ਵਿਲ ਸਟਾਰਟ ਦਾ ਹੋਲ ਪ੍ਰੋਸੈਸ ਵਾਂਸ ਅਗੇਨ, ਨਵੀਆਂ ਤਰੀਕਾ ਲਾਣ ਹੋਣਗੇ, ਨਵਾਂ ਨੋਟਿਸ ਕੱਢਿਆ ਜਾਏਗਾ। ਦੂਸਰਾ ਮੈਨੂੰ ਕਿਹਾ ਹੀ ਨੀ ਗਿਆ ਕਿ ਆ ਕੇ ਬੈਠ, ਕਿਉਂਕਿ ਆਫੀਸ਼ੀਅਲੀ ਤਾਂ ਨੋਟੀਫਿਕੇਸ਼ਨ ਜਾਂ ਨੋਟਿਸ ਜੁਆਇਨ ਕਰਨ ਦਾ ਐਡਮਿਨਿਸਟ੍ਰੇਸ਼ਨ ਨੇ ਕੱਢਣਾ ਸੀਗਾ। ਉਹਨਾਂ ਨੇ ਇੱਕ ਤਰੀਕ ਵੀ ਦਿੱਤੀ ਹੈ ਜਿਸ ਦਿਨ ਉਹਨਾਂ ਨੇ ਜੁਆਇਨ ਕਰਨਾ ਸੀ, ਲੇਕਿਨ ਫੈਮਿਲੀ ਇਸ਼ੂਜ਼ ਦੇ ਕਾਰਨ ਆਪਣੇ ਬੈਠੇ ਨਹੀਂ, ਕੁਰਸੀ ਤੇ ਆ ਕੇ ਬੈਠੇ ਨਹੀਂ। ਨਹੀਂ ਪਰ ਉਹਨੂੰ ਆਪਣੇ ਆਪ ਥੋੜਾ ਜਾ ਕੇ ਬੈਠਣਗੇ, ਜਦੋਂ ਉਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਜਾਂ ਮਿਊਨਿਸਪਲ ਕਮਿਸ਼ਨਰ ਬੁਲਾਏਗੇ, ਉਹਨੂੰ ਲੈਟਰ ਦੇਣਗੇ ਇਨਵੀਟੇਸ਼ਨ ਦਾ, ਉਦੋਂ ਹੀ ਆਣਗੇ ਨਾ ਉਹ ਆਪਣੇ ਆਪ ਨਹੀਂ ਚਲੇ ਜਾਣਗੇ, ਕਿਉਂਕਿ ਸੁਪਰੀਮ ਕੋਰਟ ਦਾ ਆਰਡਰ ਹਜੇ ਸਰਟੀਫਾਈਡ ਕਾਪੀ ਵੀ 22 ਜਾਂ 23 ਤਰੀਕ ਨੂੰ ਆਈ ਹੈ, ਤੇ ਇਸ ਕਰਕੇ ਥੋੜ੍ਹਾ ਡਿਲੇ ਹੋ ਗਿਆ। ਜਲਦਬਾਜ਼ੀ ਤਾਂ ਡੀ ਸੀ ਸਾਹਿਬ ਨੇ ਕੀਤੀ ਹੈ, ਉਹ 4 ਦਿਨ ਦੇਖੋ, ਸਾਡੇ ਸੈਟਿਸਫੈਕਸ਼ਨ ਦਾ ਕੁਸ਼ਚਨ ਨਹੀਂ ਹੈ, ਇਹ ਕਾਨੂੰਨ ਦੀ ਪਾਲਣਾ ਕਰਨ ਦਾ ਕੁਸ਼ਚਨ ਹੈ। ਮੇ ਬੀ ਸਾਨੂੰ ਜ਼ਿਆਦਾ ਫਾਇਦਾ ਨਾ ਹੋਵੇ, ਲੇਕਿਨ ਜੋ ਸੁਪਰੀਮ ਕੋਰਟ ਦਾ ਆਰਡਰ ਹੈ ਉਹ ਤਾਂ ਪ੍ਰੋਪਰਲੀ ਇਨ ਲੈਟਰ ਐਂਡ ਸਪਿਰਿਟ ਇੰਪਲੀਮੈਂਟ ਹੋਣਾ ਚਾਹੀਦਾ ਨਾ। ਜੇ ਸਾਨੂੰ ਲੱਗਦਾ ਹੈ ਕਿ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਦੇ ਆਰਡਰ ਨੂੰ ਪੂਰੀ ਤਰ੍ਹਾਂ ਨਹੀਂ ਮੰਨ ਰਹੀ ਹੈ, ਉਸ ਕਰਕੇ ਅਸੀਂ ਰਿਟ 'ਚ ਆਏ ਹਾਂ, ਇਹਦੇ ਵਿੱਚ ਸਾਡਾ ਫਾਇਦਾ ਜਾਂ ਨੁਕਸਾਨ ਦਾ ਤਾਂ ਕੋਈ ਸਵਾਲ ਨਹੀਂ ਹੈ। ਮੇ ਬੀ ਸਾਡਾ ਇੰਨਾ ਫਾਇਦਾ ਨਾ ਹੋਵੇ, ਪਰ ਅਗੇਨ ਮੈਂ ਦੁਬਾਰਾ ਕਹਿ ਰਿਹਾ ਤਾਂ ਕੁਸ਼ਚਨ ਇਜ਼ ਆਫ ਇੰਪਲੀਮੈਂਟੇਸ਼ਨ ਆਫ ਦਾ ਸੁਪਰੀਮ ਕੋਰਟ ਆਰਡਰ ਇਨ ਲੈਟਰ ਐਂਡ ਸਪਿਰਿਟ। 2 ਵਜੇ ਤੋਂ ਬਾਅਦ ਸੁਣਾਈ ਹੈ ਸਰ, ਕੀ ਚੰਡੀਗੜ੍ਹ ਨਗਰ ਨਿਗਮ 2 ਵਜੇ ਹੋਏਗੀ, ਪ੍ਰਸ਼ਾਸਨ ਨੇ ਨੋਟਿਸ ਵਾਪਸ ਲੈ ਲਿਆ ਜੋ ਅਭੀ ਵਾਪਸ ਨਹੀਂ ਲਿਆ, 2 ਤਰੀਕ ਕੋ ਜਵਾਬ ਦੇ ਰਹੇ ਹੈ, ਤੋ ਹੋ ਸਕਤਾ ਹੈ ਉਸਮੇ ਜਵਾਬ ਮੇ ਵਾਪਸ ਕਰ ਲੇ, ਐਸਾ ਉਹਨਾਂ ਨੇ ਅਸ਼ੋਰੈਂਸ ਓਰਲੀ ਕੋਰਟ ਮੇ ਦੀ ਹੈ।